ਔਰੰਗਾਬਾਦ ਦੇ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਵਿਅਕਤੀਆਂ ਵੱਲੋਂ ਹਵਾਲਾਤ ਮਹਿੰਦਰਪਾਲ ਨੂੰ ਜੇਲ੍ਹ ਵਿੱਚ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਮਹਿੰਦਰਪਾਲ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਲਿਜਾਇਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਮ੍ਰਿਤਕ ਦੀ ਡੈਡ ਬੋਡੀ ਨੂੰ ਆਪਣੇ ਨਾਭਾ ਦੇ ਡੈਡ ਹਾਊਸ ਵਿੱਚ ਰੱਖ ਦਿੱਤਾ। ਇਹਨਾਂ ਵੱਲੋਂ ਇਹਦੇ ਉੱਪਰ ਹਮਲਾ ਕੀਤਾ ਗਿਆ, ਸਿਰ ਸੱਟਾਂ ਮਾਰੀ ਗਈਆਂ, ਜਿਹਦੇ ਚੱਲਦੇ ਅਸੀਂ ਜ਼ਿਲ੍ਹੇ ਨੂੰ ਲੈ ਕੇ ਤੇ ਕਾਹਦੇ ਨਾਲ ਹਮਲਾ ਕੀਤਾ ਗਿਆ? ਅੰਦਰ ਜੇਲ੍ਹ ਅੰਦਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ, ਜਿਹਦਾ ਸਰੀਏ ਪੁਰਾਣਾ ਸਰੀਏ ਤਾਂ ਪਰ ਵਜ੍ਹਾ ਰੰਜਿਸ਼ ਕੀ? ਰੰਜਿਸ਼ ਦਾ ਤੁਹਾਨੂੰ ਬਾਅਦ ਇਨਵੈਸਟੀਗੇਸ਼ਨ ਪਤਾ ਲੱਗੇਗਾ ਜੀ, ਮੇਰੇ ਪਤਾ ਬਾਅਦ ਚ ਅਸੀਂ ਬਾਕੀ ਅਲਾ ਅਫਸਰਾਂ ਨੂੰ ਸਾਰਿਆਂ ਨੂੰ ਲਿਖ ਕੇ ਭੇਜ ਰਹੇ ਹਾਂ ਇਨਵੈਸਟੀਗੇਸ਼ਨ। ਕਿਹਦੀ ਸੀ ਹਵਾਲਾ ਕੀ ਸੀ? ਕਿਹੜੀ ਧਾਰਾ 'ਚ ਆਇਆ ਸੀ ਇੱਥੇ? ਇਹ ਧਾਰਾ ਤੁਹਾਨੂੰ ਇਨਵੈਸਟ ਕਿੱਥੇ ਦੇ ਰਹਿਣ ਵਾਲਾ? ਇਹ ਰਹਿਣ ਵਾਲਾ ਹੈਗਾ ਸਪੀਕਰ ਸਾਹਿਬ। ਜਿਹਦੇ ਨਾਲ ਲੜਾਈ ਝਗੜਾ ਹੋਇਆ ਉਹ ਕਿਸ ਮਾਮਲੇ 'ਚ? ਉਹ 302 ਦੇ ਵਿੱਚ ਬਣੇ ਗਏ। ਛੁੱਟੀ ਹੋਈ ਸੀ ਜਦੋਂ ਹੋਇਆ? ਸ਼ਾਮ ਦਾ ਟਾਈਮ ਛੁੱਟੀ ਨਹੀਂ ਹੁੰਦਾ ਜੀ। ਅੱਛਾ, ਉਸ ਟਾਈਮ ਕਾਣਾ ਜਾ ਹੋ। ਅੱਛਾ, ਸ਼ੁਰੂ ਕਰਨਾ ਹੁੰਦਾ। ਠੀਕ ਹੈ, ਠੀਕ।